दिखाओ फिर चोला खोल के दिखा दो। चोला बच्चे चंगाते थोड़े। चलो कोई नहीं, वैसे दिखा दें। वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद दोस्तों। आ जाओ जी, आज फिर से पहुंचे हैं भाई साहब सहौली बकरी बाजार में, जो कि हर एतवार एवरी संडे को होता है जी। और आज मंडी में कैसे कैसे जानवर पहुंचे हैं, क्या कुछ कीमत चल रही है, सब कुछ क्लियर करेंगे भाई। सबसे पहले रिक्वेस्ट एक ही है कि जो जो भाई देख रहे हैं फार्मिंग बाबा चैनल को, प्यार करते हैं, वो कमेंट करके ज़रूर बताएं कहां कहां से देख रहे हैं, कौन सा डिस्ट्रिक्ट है, ताकि हमें भी पता चले कि भाई फार्मिंग बाबा चैनल को कहां कहां से प्यार दिया जा रहा है। देखिए क्वालिटी चेक करें मंडी में। और ये है जी सहौली बकरा मंडी, एवरी संडे नाभा भादसौ रोड पर लगती है जी। तो दिखाते हैं आपको जानवर। और भाई साहब क्या हाल चाल, ठीक ठाक हो जी? कहाँ से आए भाई? आपा फतेहगढ़ साहब। तो जी फतेहगढ़ साहब से आए हैं। कितने जानवर ले आए भाई? दो बच्चे वाली बकरी है जी। आलो चेक करो। ते पट बकरा की कुछ है? पट बकरा जी। ठीक है। ते की डिमांड है ए दा वीरे? मंग ते ठाई है जी, बाकी कर लांगे मौके ते। बस ठीक है, सही है। 28,000 रुपये डिमांड है जी, बाकी मौके पर कम ज़्यादा हो जाएगा। और अच्छा दुध है थले 3-3 लीटर दे। अच्छा जी, दिखाओ फिर चोला खोल के दिखा दो। चोला बच्चे चंगाते थोड़े। चलो कोई नहीं, वैसे दिखा दें हैं, वो तो हूँ बच्चे तो चंगाने ही है। हाँ ठीक है, ठीक है जी। लो जी बच्चे, हाँ। तो आ काला बकरा देख रहे हैं वीरे, यदा की मंगे? यदा वीरे मंगते हैं 15,000 रुपया मंगते हैं जी। ਕਿੰਨੇ ਦੰਦ ਹੈ ਇਹ? ਪਤਾ ਨਹੀਂ ਛਿੱਗਾ ਹੋਊਗਾ ਜੀ। 6 ਦੰਦ ਹੋ ਗਿਆ? ਛਿੱਗਾ ਤਾਂ ਨਹੀਂ ਹੋਣਾ ਵੈਸੇ। ਨਹੀਂ ਯਾਰ, ਮੈਨੂੰ ਤਾਂ ਖੀਰਾ ਹੀ ਲੱਗਦਾ। ਮੈਨੂੰ ਤਾਂ ਛਿੱਗਾ ਕਿ ਖੀਰਾ ਹੀ ਆਈ? ਨਹੀਂ ਖੀਰਾ, ਅਸੀਂ ਚੈੱਕ ਨਹੀਂ ਕਰਿਆ ਵੀਰੇ, ਲੱਤ ਲਿਆ ਇਸ ਦਾ। ਬੱਚਾ ਹੀ ਆ ਇਹ ਤਾਂ, ਚੈੱਕ ਕਰੇ ਤਾਂ ਪਤਾ ਲੱਗ ਜਾਣਾ ਜੀ। ਹਾਂ ਨਹੀਂ ਨਹੀਂ ਖੀਰਾ ਹੀ ਆ, ਬਸ ਦਿਖੀ ਜਾਂਦਾ, ਦੂਰੋਂ ਹੀ ਦਿਖ ਰਿਹਾ ਯਾਰ। ਆ ਦੇਖੋ ਖੀਰਾ ਭਰਾ, ਖੀਰਾ ਜੀ ਦਿਖੀ ਜਾਂਦਾ ਉਹਦਾ। ਹੁਣ ਅਸੀਂ ਵੀ ਚੱਪਲਾਂ ਘਸਾਤੀਆਂ ਇਹਨੇ ਤਾਂ ਕਰਕੇ ਥੋੜੀ। ਨਹੀਂ ਨਹੀਂ ਠੀਕ ਹੈ। ਨਹੀਂ ਵੀਰੇ ਆਪਾਂ ਨੂੰ 2 ਮਹੀਨੇ ਹੋਏ ਆ ਰੱਖਿਆ ਨੂੰ। ਅੱਛਾ 2 ਮਹੀਨੇ ਹੀ ਹੋਏ ਆ, ਕਿਉਂ ਪਹਿਲਾਂ ਕੀ ਕਰ ਰਹੇ ਸੀ? ਵਿੱਚੋਂ ਛੱਡਤੀਆਂ ਸੀਗੀਆਂ। ਅੱਛਾ ਠੀਕ ਹੈ। ਲਓ ਜੀ ਦੁਬਾਰ ਤੋਂ ਪੰਜ ਆ ਤੁਹਾਡਾ ਵੀਰੇ? ਇਹ ਆਪਣਾ ਜੀ। ਅੱਛਾ ਅੱਛਾ, ਕੀ ਹਾਲ ਹੈ ਵੀਰੇ? ਠੀਕ ਹੋ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬਹੁਤ ਵਧੀਆ ਭਾਜੀ। ਕਿੰਨੇ ਜਾਨਵਰ ਲੈ ਆਏ ਹੋ? ਜਾਨਵਰ 1 ਲੈ ਕੇ ਆਏ ਜੀ। ਠੀਕ ਹੈ। ਇਹ ਖੀਰਾ ਹੀ ਹੈ ਵੀ? ਹਾਂਜੀ ਖੀਰਾ ਜੀ। ਠੀਕ ਹੈ, ਤੇ ਕੀ ਡਿਮਾਂਡ ਹੈ ਵੀਰੇ ਇਹਦੀ? ਡਿਮਾਂਡ ਇਹਦੀ 22,000 ਰੁਪਏ ਹੈ ਸਰ। 22,000 ਰੁਪਏ ਦੇਖੀ, ਮੌਕੇ ਤੇ ਮਾਨਦਾਨ ਕਰ ਦਾਂਗੇ ਜੀ। ਨਹੀਂ ਠੀਕ ਹੈ ਜੀ, ਬਿਲਕੁਲ। ਤੇ ਮੰਡੀ ਕਿਵੇਂ ਲੱਗੀ ਵੀਰੇ? ਮੰਡੀ ਬਹੁਤ ਵਧੀਆ ਜੀ। ਪ੍ਰਬੰਧ ਠੀਕ ਹੈ? ਬਹੁਤ ਵਧੀਆ ਪ੍ਰਬੰਧ, ਰੋਟੀ ਪਾਣੀ ਚਾਹ। ਲਓ ਜੀ ਧੰਨਵਾਦ ਵੀਰੇ। ਲਓ ਜੀ ਖੁਰਲੀਆਂ ਵਗੈਰਾ ਸਾਰਾ ਕੁਝ ਆਇਆ। ਖੁਰਲੀਆਂ ਕੀ ਦੀਆਂ ਭਾਜੀ? ਆਪਣੇ ਬੇਰ ਦੀਆਂ ਨੇ ਜੀ। ਕੀ ਹਾਲ ਹੈ ਵੀਰੇ? ਵਧੀਆ ਵਧੀਆ। ਕੀ ਕੁਝ ਰੇਟ ਚੱਲ ਰਿਹਾ ਵੀਰੇ ਖੁਰਲੀਆਂ ਦਾ? ਛੋਟੀ ਚਾਹੀ ਕਿਵੇਂ? ਛੋਟੀ 4 ਫੁੱਟ ਦੀ ਹੁੰਦੀ ਹੈ ਜੀ, ਉਹ 2500 ਦੀ ਹੁੰਦੀ ਹੈ ਜੀ। ਠੀਕ ਹੈ। 6 ਫੁੱਟੀ 3000 ਦੀ, 8 ਫੁੱਟੀ 3500 ਦੀ ਹੁੰਦੀ ਹੈ ਜੀ। ਆਹ ਵਾਲੀ ਜਿਹੜੀ ਆ ਇਹ ਮੇਵਣੇ ਵਾਸਤੇ ਆ ਜੀ। ਹਾਂ ਇਹ 2000 ਰੁਪਏ ਦੀ ਹੈ ਜੀ ਸਪੈਸ਼ਲ। ਠੀਕ ਹੈ, 2000 ਰੁਪਏ। ਠੀਕ ਹੈ ਜੀ, ਧੰਨਵਾਦ ਵੀਰੇ। ਆ ਜਾਓ ਜੀ ਸੋਨੂ ਜੀ, ਹਿਮਾਚਲ ਹਰੀਪੁਰ। ਥੈਂਕ ਯੂ ਜੀ। ਆਹ ਦੇਖੋ ਜੀ ਨੀਰਾ ਵਗੈਰਾ ਆਇਆ ਹੋਇਆ ਹੈ, ਔਰ ਇਹ ਸ਼ਿੰਗਾਰ ਕਾ ਸਮਾਨ ਤਾਇਆ। ਕੀ ਹਾਲ ਹੈ? ਠੀਕ ਠਾਕ ਹੋ? ਵਧੀਆ ਚੜ੍ਹਦੀ ਕਲਾ? ਸਤਿ ਸ਼੍ਰੀ ਅਕਾਲ। ਕਿਵੇਂ ਚੱਲ ਰਿਹਾ ਕੰਮ? ਬਹੁਤ ਵਧੀਆ ਭਾਜੀ। ਮੰਡੀ ਕਿਵੇਂ ਹੈ, ਪ੍ਰਬੰਧ ਕਿਵੇਂ ਹੈ? ਪੂਰੇ ਜੀ ਰੋਟੀ ਪਾਣੀ ਦਾ ਸਭ ਦਾ ਫੁੱਲ ਬਟਾ ਫੁੱਲ ਪ੍ਰਬੰਧ ਹੈ? ਫੁੱਲ ਪ੍ਰਬੰਧ ਹੈ। ਧੰਨਵਾਦ ਜੀ। ਲਓ ਜੀ ਆਹ ਦੇਖੋ ਜੀ ਗਾਨੀਆਂ ਵਗੈਰਾ ਸਾਰਾ ਕੁਝ ਹੀ ਹੁੰਦਾ ਜੀ, ਬੱਕਰੀਆਂ ਦਾ ਸਮਾਨ ਔਰ ਨੀਰਾ ਵਗੈਰਾ ਵੀ ਹੈ। ਆਪਕਾ ਹੈ ਨੀਰਾ ਜੀ? ਹੈ ਚਾਚਾ, ਕਿਸ ਕਾ ਹੈ? ਉਧਰ ਉਧਰ ਹੈ, ਆ ਜਾਓ। ਲਓ ਜੀ ਨੀਰਾ ਵੀ ਮਿਲ ਜਾਏਗਾ ਮੰਡੀ ਮੇ, ਔਰ ਬੱਕਰੇ ਦਿਖਾਤੇ ਹੈ, ਪਹਿਲੇ ਬੱਕਰੀਆਂ ਦਿਖਾਤੇ ਹੈ, ਇਹ ਦੇਖੋ ਬੱਕਰਾ ਦਿਖਾਤੇ ਹੈ। ਹਾਂਜੀ ਵੱਡੇ ਭਾਈ ਕੀ ਹਾਲ ਹੈ? ਠੀਕ ਹੋ? ਨਮਸਕਾਰ ਜੀ। ਕਿੰਨੇ ਦੰਦ ਹੋ ਗਿਆ ਵੀਰੇ ਬੱਕਰਾ? 4 ਦੰਦ ਹੈ ਜੀ ਬਰੀਡਰ ਵੀਰੇ। ਅੱਛਾ 4 ਦੰਦ ਬੱਕਰਾ ਹੈ ਜੀ, ਦੇਖ ਲਓ। ਔਰ ਕੀ ਡਿਮਾਂਡ ਹੈ ਭਾਜੀ ਇਹਦੀ? ਡਿਮਾਂਡ ਇਹਦੀ 25,000 ਹੈ। 25,000 ਰੁਪਏ ਡਿਮਾਂਡ ਹੈ ਜੀ। ਮੰਡੀ ਦੇ ਪ੍ਰਬੰਧ ਕਿਵੇਂ ਵੀਰੇ? ਬਹੁਤ ਵਧੀਆ ਵੀਰੇ। ਠੀਕ ਹੈ ਜੀ, ਹਾਂਜੀ ਸ਼ੁਕਰੀਆ ਵੀਰੇ, ਧੰਨਵਾਦ ਜੀ। ਲਓ ਜੀ ਆ ਵੀ ਤੁਹਾਡਾ ਹੀ ਹੈ, ਇਹਦਾ ਕੀ ਮੰਗਿਆ ਵੀਰੇ? ਇਹਦਾ ਮੰਗ ਰਿਹਾ 20,000 ਰੁਪਏ। ਲਓ ਜੀ ਪੱਟ ਹੈ, ਠੀਕ ਹੈ। ਅਬੂਜਰ ਭਾਈ ਲਿਖ ਰਹੇ ਹੈ ਹਾਏ ਪਾਕਿਸਤਾਨ ਸੇ, ਧੰਨਵਾਦ ਜੀ, ਸ਼ੁਕਰੀਆ। ਅੱਛਾ ਆ ਵੀ ਤੁਹਾਡਾ? ਅੱਛਾ ਲੈ ਲਿਆ, ਠੀਕ ਹੈ। ਚਲੋ ਕਿਵੇਂ ਲੱਗੇ ਪ੍ਰਬੰਧ ਮੰਡੀ ਦੇ? ਮੰਡੀ ਦੇ ਪ੍ਰਬੰਧ ਬਹੁਤ ਵਧੀਆ ਜੀ। ਠੀਕ ਹੈ ਜੀ, ਠੀਕ ਹੈ ਜੀ। ਆ ਲਓ ਜੀ ਆ ਭਾਜੀ, ਤੁਸੀਂ ਲੈ ਆਇਓ।
ਲਓ ਜੀ ਆ ਕਿੰਨੇ ਦੰਦ ਹੋ ਗਏ ਵੀਰੇ ਦੰਦ ਕਿੰਨੇ ਹੋ ਗਏ ਕੀ ਮੰਗ ਰਹੇ ਹੋ ਇਹਦਾ 25,000 ਰੁਪਏ ਮੁੱਲ 25,000 ਠੀਕ ਹੈ ਚਲੋ ਵਧੀਆ ਲਓ ਜੀ 25,000 ਰੁਪਏ ਅਬੂ ਜ਼ਰ ਭਾਈ ਨਾਈਸ ਬ੍ਰੋ ਥੈਂਕ ਯੂ ਜੀ ਸੋ ਦੋਸਤੋ ਹਾਂਜੀ ਖੱਸੀ ਹੈ ਠੀਕ ਹੈ ਲਓ ਖੱਸੀ ਬੱਕਰਾ ਬਹੁਤ ਬੜੀਆ ਲਓ ਜੀ ਔਰ ਦਿਖਾਤੇ ਹੈ ਇਹ ਦੇਖੀ ਭਾਈ ਮੰਡੀ ਵਰਤੇ ਜਾ ਰਹੀ ਹੈ ਜੀ ਸੁਬਹਾ ਤੋਂ ਠੰਡ ਥੀ ਅਬ ਧੁੱਪ ਬੜੀਆ ਨਿਕਲ ਚੁੱਕੀ ਹੈ ਚਾਚਾ ਠੀਕ ਠਾਕ ਹੋ ਕਿੱਥੋਂ ਆਏ ਹੋ ਘਣੀਵਾਲ ਜੀ ਠੀਕ ਹੈ ਕਿੰਨੇ ਲਿਆਏ ਜਾਨਵਰ ਤਿੰਨ ਨੇ ਜੀ ਠੀਕ ਹੈ ਇਹਦਾ ਕੀ ਮੰਗਦੇ ਹੋ 30,000 ਜੀ 30,000 ਕਿੰਨੇ ਦੰਦ ਇਹ ਦੋ ਦੰਦ ਆ ਜੀ ਦੋ ਦੰਦ ਬੱਚਾ ਲਓ ਜੀ 30,000 ਰੁਪਏ ਡਿਮਾਂਡ ਹੈ ਦੇਖੀਏ ਲਓ ਜੀ ਚੈੱਕ ਕਰੋ ਠੀਕ ਹੈ ਤੇ ਆ ਵੀ ਤੁਹਾਡੇ ਹੀ ਆ ਇਹਦਾ ਕੀ ਮੰਗਦੇ ਹੋ ਵੀਰੇ 20,000 ਆ ਜੀ 20,000 ਠੀਕ ਹੈ ਲਓ ਜੀ ਚੈੱਕ ਕਰੋ ਧੰਨਵਾਦ ਜੀ ਆ ਜਾਓ ਹਾਂਜੀ ਹਾਂ ਠੀਕ ਹੈ ਜੀ ਦੇਖੀਏ ਭਾਈ ਸਾਹਿਬ ਔਰ ਕੀ ਹਾਲ ਹੈ ਭਾਈ ਠੀਕ ਹੋ ਕਿਆ ਕਿਆ ਮੰਗ ਰਹੇ ਹੋ ਕਾਲੇ ਵਾਲੇ ਕਾ मंडी अभी भरती जा रही है और देखिए और दुकान यहाँ लगी हुई है श्रृंगार वाली तो ये देखिए भाई मैं आपको दिखा दूँ पूरा ओवरव्यू मंडी का अभी आते जा रहे हैं बकरी पालक भाई लोग और जो भाई भी सोच रहे हैं ना भाई माल खरीदने का बेचने का आ जाओ सहौली मंडी में ये नाभा भादसौ रोड पे लगती है जी नाभा भादसौ रोड सहौली बकरी बाज़ार हर रविवार और ये देखिए भाई आ जाओ और दिखाते हैं यहाँ ये देखिए बच्चे आए हुए हैं छोटे छोटे चलो जी चेक करो ਆਕੀ ਦੇ ਬੱਕਰੇ ਤਾਇਆ ਤੁਹਾਡੇ ਕੀ ਹਾਲ ਹੈ ਠੀਕ ਹੋ ਠੀਕ ਆ ਠੀਕ ਆ ਕਿਹੜਾ ਪਿੰਡ ਹੈ ਜੀ ਚੀਮਾ ਚੀਮਾ ਤੇ ਕਿੰਨੇ ਜਾਨਵਰ ਲਿਆਂਦੇ ਮੈਂ 4 ਲਿਆਂਦੇ ਨੇ ਠੀਕ ਹੈ 4 ਆ ਕੀ ਕੁਝ ਹੈ ਇਹਨਾਂ ਚ ਪੱਠਾ ਬੱਕਰੇ ਕੀ ਕੁਝ ਹੈ ਇੱਕੋ ਹੀ ਚੀਜ਼ ਆ ਗਈ ਕੀ ਹੈ ਬੱਕਰੇ ਨੇ ਚਾਰੇ ਅੱਛਾ ਇੱਕੋ ਹੀ ਚੀਜ਼ ਹੈ ਠੀਕ ਹੈ ਹਾਂ ਠੀਕ ਆ ਹਾਂ ਠੀਕ ਹੈ ਇੱਕੋ ਹੀ ਚੀਜ਼ ਹੈ ਹਾਂ ਸਹੀ ਪੱਠਾ ਬੱਕਰੀਆਂ ਮੇਰੀਆਂ ਘਰੇ ਖੜੀਆਂ ਨੇ ਇਸ ਟਾਈਮ ਅੱਛਾ ਮਗਾ ਹਾਲੇ ਪਹਿਲੇ ਇੰਨੇ ਕੇ ਨਾਲ ਮੇਲਾ ਦੇਖ ਰਿਹਾ ਠੀਕ ਹੈ ਠੀਕ ਹੈ ਵਧੀਆ ਵਧੀਆ ਮੇਲਾ ਕਿਵੇਂ ਲੱਗਿਆ ਮੇਲਾ ਹਾਲੇ ਭਰੀ ਜਾਂਦਾ ਕੋਈ ਨਹੀਂ ਮੇਲਾ ਭਰੂ ਬਥੇਰਾ ਸਹੀ ਹੈ ਕੀ ਮੰਗਿਆ ਆ ਬੱਚੇ ਦਾ ਕੀ ਮੰਗਿਆ ਕੁਛ ਨਹੀਂ ਮੰਗਿਆ ਕਿਉਂ ਹਾਲੇ ਕੋਈ ਬਗਾਕ ਨਹੀਂ ਆਤਾ ਜਾ ਕੇ ਚਾਹ ਪੀ ਮੈਨੂੰ ਤਾਂ ਦੱਸ ਦੋ ਕੀ ਮੰਗ ਰਹੇ ਹੋ ਤੁਹਾਡੀ ਵੀਡੀਓ ਬਣੀ ਜਾਂਦੀ ਹੈ ਮੰਗਦਾ ਤਾਂ ਮੈਂ 7,000 ਰੁਪਈਆ 7,000 ਇੱਕ ਦੇ ਆ ਲਓ ਜੀ ਕਿੱਥੇ ਸੌਦਾ ਹੋਊਗਾ ਉੱਥੇ ਹੋ ਜੂ ਹਾਂ ਨਹੀਂ ਨਹੀਂ ਠੀਕ ਹੈ ਬਾਕੀ ਮੌਕੇ ਤੇ ਹੋ ਜੂਗੀ ਠੀਕ ਹੈ ਧੰਨਵਾਦ ਹਾਂ ਨੁਰੁਲ ਹਸਨ ਜੀ ਗੁੱਡ ਜੋਬ ਬ੍ਰੋ ਥੈਂਕ ਯੂ ਜੀ ਇਹ ਦੇਖੀਏ ਭਾਈ ਸਾਹਿਬ ਔਰ ਬੱਚੇ ਖੂਬਸੂਰਤ ਗੁਲਾਬੀ ਸਫੇਦ ਇਹ ਦੇਖੋ ਜੀ ਚੈੱਕ ਕਰੇ ਆ ਕਿਹਦਾ ਮਾਲ ਹੈ ਭਾਜੀ ਤੁਹਾਡਾ ਔਰ ਬੱਲੂ ਭਾਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਵਧੀਆ ਕਿੰਨੇ ਜਾਨਵਰ ਲਿਆਂਦੇ ਆ 24-25 ਲਿਆਂਦੇ ਨੇ ਅੱਜ ਠੀਕ ਹੈ ਲਓ ਜੀ ਸਭਸੇ ਤਗੜੀ ਬੱਕਰੀ ਦਿਖਾਓ ਇੱਕ ਹਮਕੋ ਕਿਹੜੀ ਦਿਖਾਓਗੇ ਚਿੱਟੀ ਲਿਆਉਣੇ ਹਾਂ ਲਿਆਓ ਜੀ ਅੱਜ ਉੱਧਰ ਹੀ ਚੱਲਦੇ ਹਾਂ ਆਪਾਂ तो देखिए भाई बल्लू भाई के पास शानदार बढ़िया जानवर मिल जाते हैं भाई और मंडी में आके मिल सकते हैं ये देखिए भाई चेक करें दो बच्चे वाली है जी आलो जी दो बच्चे वाली दो चिट्टे बच्चे दोनों सफ़ेद पट बकरा भी रे की है बकरे दोनों बकरे लो जी दोनों बकरे हैं डिमांड की है भाजी ये 35,000 बच्चे नाल दो बच्चे नाल 35,000 डिमांड है बाकी मौके पर हो है ना सही है तो आज जिम्मे बच्चे देख रहे हैं भाजी की रेट दे ये बच्चे भी सारे 8,000 के ठीक है पठाने जी ਪੱਠਾ ਠੀਕ ਹੈ ਜੀ ਹਾਂ ਬੱਕਰੀ ਦੇ ਤੇ ਆ ਜਿਵੇਂ ਆ ਗੁਲਾਬੀ ਦੇਖ ਰਹੇ ਵੀਰੇ ਇਹਦਾ ਵੀ 8,000 ਜੀ ਠੀਕ ਹੈ ਸੋਹਣਾ ਬੱਚਾ ਲਓ ਜੀ ਦੇਖੋ ਮਾਲ ਬਹੁਤ ਸ਼ਾਨਦਾਰ ਮੰਡੀ ਦੇ ਪ੍ਰਬੰਧ ਕਿਵੇਂ ਭਾਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਆ ਜੀ ਹਾਂ ਬਾਕੀ ਬਾਹਰ ਦੇ ਬੰਦਾ ਕੋਈ ਆਵੇ ਜੀ ਹੁਣ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਆ ਜੀ ਸਾਰਾ ਠੀਕ ਹੈ ਭਾਜੀ ਹਾਂਜੀ ਹਾਂਜੀ ਧੰਨਵਾਦ ਜੀ ਲਓ ਜੀ ਦੇਖੋ ਜੀ ਬੱਲੂ ਭਾਈ ਹੈ ਇਹ ਇਨਸੇ ਮਿਲ ਸਕਤੇ ਹੋ ਔਰ ਇਹ ਦੇਖੋ ਭਾਈ ਇਹ ਸਭੀ ਤਮਾਮ ਬੱਕਰੇ ਬੱਕਰੀਆਂ आगे चलते हैं मंडी एक बकरा दिखाऊं मैं आपको ये देखो भाई साहब खूबसूरत बकरा गुलाबी चमड़ी आ गीता भाजी आ जाओ माड़ा नेड़े यार आ किन्ने दंद की हाल है भाजी बहुत बढ़िया जी ठीक ठाक हो हाँ कोई नहीं ये दस्यो किन्ने दंद हो गया भाजी ये दुगा जी दो दंद है ठीक है करो माड़ा हाँ लो जी देखो भाई चेक करो भाई दो दांत पे बच्चा काफ़ी खूबसूरत गुलाबी चमड़ी में भाई कद होना चाहिए कोई
39 40 होगा है ना, नेड़े तेड़े 39 40 के नज़दीक है। देखे देख रहे हैं भाई, खूबसूरत बच्चा ये देखे। तो की डिमांड है भाजी ये? ये जोड़ी का 70,000 मंगे भाई। अच्छा जोड़ी का, ये काला आ काला आ भी चक्यो मड़ा या दिखाइए, ठायो मड़ा या लो जी आ भी दो दांत भी रे। ये दुग्गा जी। अच्छा दो दांत बच्चा देखे, ये लो जी। तो ये जोड़ी का मांग रहे हैं भाई साहब 70,000। एक ये देखिए, एक ये और एक ये लो जी। आ चेक करो, बहुत बढ़िया, चेक करो जी। इसका भी सेम ही हाइट होनी चाहिए। ये दोनों पर आई है कि नहीं? अलग अलग ने, अलग अलग है। ठीक है, मंडी दे प्रबंध की मैं भाजी वीरे बहुत बढ़िया प्रबंध ने। हाँ, खाना पीना मैं कहना वीरे सारा कुछ है, चाय रोटी लंगर बहुत बढ़िया चल रहा है वीरे। ठीक है, बहुत बढ़िया प्रबंध ने। धन्यवाद भाजी, धन्यवाद। चाचा की हाल चाल है? ठीक हो? बढ़िया बढ़िया। ओके जमा जाए माल और भाजी? हां हां माल ले आंदा। बढ़िया वीर, हां चल रहे हैं, दिखावा। कोई नहीं। कितने जानवर ले आंदे हो? नाग हैगे अपने लवे 15-16। मंडी किवें है? मंडी बहुत बढ़िया, आयन ओके रिपोर्ट। और जी ठीक हो भाजी? ससीकाल भाजी, ससीकाल सारेयां नु। बहुत बढ़िया भाजी, चढ़दी कला। हां जी बढ़िया लगी मंडी, बहुत बढ़िया लगी। चलो जी किवें है? की हाल है जी? धन्यवाद वीरे। अभी गुज्जर जी, हेलो जी, हेलो। ये देखिए भाई, सो दोस्तों लो जी, चाह भी है जी, रोटी भी है नाल, मूंगी छोले की दाल है। आ लो जी, लंगर की सेवा चल रही है लगातार। धन्यवाद माँ जी, आ जाओ। ये देखिए जी, ये रखे हैं बर्तन, ये रखा है चाय का बर्तन। और आ लो जी, आ चको जी, सारे वीर इतने सेवा कर रहे हैं। की हाल है वीरे, ठीक ठाक हो? सारे बढ़िया लो जी, बहुत बढ़िया, बहुत बढ़िया। छोटे भाई ठीक हो? ठीक है, चलो बढ़िया बढ़िया जी, धन्यवाद। आ जाओ, मंडी के प्रबंधक साढ़े नाल ने गलबात करते हैं जी। भाजी सत श्रीकाल जी। सत श्रीकाल भाई, दस्यो माड़ा ना दस दो, थोड़ा ते लोकेशन दसो अपनी मंडी दी। मेरा नाम अवतार सिंह है जी। जी सब तो पहला फार्मिंग बाबा चैनल देखने वाले सारे वीरां दा धन्यवाद है जी। जी तुसी इन्ना प्यार सत्कार दिंदे हो। ते लोकेशन है वीर जी अपना नाभे तो भासो रोड है जी। नाभे तो पै जांदा 10 किलोमीटर ते भासो तो 6 किलोमीटर पटियाला जिला पैंदा जी। किवें भरी है अज, किद्दां दी भरी? बहुत वधिया वीर जी, रंग लगे होए ने तुसी देख ही रहे हो। ठीक है, सारे तरह का माल आया होया जी। साढ़े इधर ज्यादा प्योर क्वालिटी का माल मिलता जी, बाकी काटू माल सब कुछ अवेलेबल है जी इत्थे जी। धन्यवाद जी। लो जी अगे आप गल करा दिए, सुखजीत सिंह जी सरपंच ने जिहड़े मंडी के ओनर। सत श्रीकाल भाई जी, दस्यो भाई जी अपनी मंडी के प्रबंध दस दो। ਰਹਿਣ ਸਹਿਣ ਦਾ ਜੀ ਸਾਡੀ ਮੰਡੀ 'ਚ ਮੰਨ ਲਓ ਕੋਈ ਦਿੱਕਤ ਨਹੀਂ ਹੈਗੀ ਜੀ। ਕਿਸੇ ਬਾਹਰਲੇ ਵਪਾਰੀ ਵੀਰ ਨੇ ਆਉਣਾ, ਮਾਲ ਰੱਖਣ ਦੀ ਸੈੱਡ ਬਣੇ ਹੋਏ ਨੇ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਜੀ। ਕਾਟੂ ਤੋਂ ਲੈ ਕੇ ਬਰੀਡ ਤੱਕ ਮਾਲ ਆ ਜੀ ਸਾਡੇ ਉਰੇ ਜੀ। ਬਹੁਤ ਚੰਗੀ ਕੁਆਲਿਟੀ ਦਾ ਮਾਲ ਆ, ਵੀ ਇੱਕ ਨੰਬਰ ਕੁਆਲਿਟੀ ਦਾ ਮਾਲ ਆ ਜੀ। ਜੇ ਕਿਸੇ ਵੀਰ ਨੇ ਮੰਨ ਲਓ ਮਾਲ ਉਰੇ ਰੱਖਣਾ ਮੇਰੇ ਸੈੱਡ 'ਚ 2 ਦਿਨ 4 ਦਿਨ, ਕਿਸੇ ਤਰ੍ਹਾਂ ਦੀ ਨਾ ਨੀਰੇ ਚਾਰੇ ਦੀ, ਹਰੇਕ ਚੀਜ਼ ਦੀ ਫੈਸਿਲਿਟੀ ਆ ਜੀ। ਲਾ ਲਓ ਵੀ ਜੇ ਕਿਸੇ ਵੀਰ ਨੇ ਨੀਰਾ ਗੁਵਾਰੇ ਦਾ ਨੀਰਾ, ਜੰਡ ਪੱਤੀ, ਛੋਲਿਆਂ ਦਾ ਸਿਲਕਾ, ਸੋਆਬੀਨ ਦਾ ਸਿਲਕਾ ਜੀ, ਫੀਡ ਆ ਮੇਰੇ ਕੋਲ ਦੀਪਕ। ਜੇ ਕਿਸੇ ਵੀਰ ਨੂੰ ਬੱਕਰੀਆਂ ਵਾਲੇ ਪਾਲੀ ਨੂੰ ਚਾਹੀਦੀ ਆ ਜੀ, ਉਹ ਵੀ ਅਵੇਲੇਬਲ ਆ ਜੀ ਮੰਡੀ 'ਚ ਜੀ। ਅੱਛਾ ਮੰਡੀ ਆ ਜੀ, ਲੋਕੇਸ਼ਨ ਆ ਜੀ ਨਾਭੇ ਤੋਂ ਭਾਸੋ ਰੋਡ ਜੀ, ਨਾਭੇ ਤੋਂ 10 ਕਿਲੋਮੀਟਰ ਆ ਜੀ, ਪਿੰਡ ਸੌਲੀ ਰੋਡ ਦੇ ਉੱਤੇ ਮੰਡੀ ਲੱਗਦੀ ਆ ਜੀ ਜੀ। ਇਹ ਖੰਨੇ ਵਾਲਾ ਰੋਡ ਆ ਜੀ ਜੀ। ਤੇ ਹੁਣ ਇਹ ਹਰ ਐਤਵਾਰ ਨੂੰ ਲੱਗਣ ਲੱਗ ਗਈ? ਹਰ ਐਤਵਾਰ ਮੰਡੀ ਆ ਜੀ। ਮੇਰਾ ਨੰਬਰ ਆ 99481400 ਜੀ, ਨੰਬਰ ਆ ਜੀ 99481400। ਹਰ ਐਤਵਾਰ ਦੀ ਮੰਡੀ ਆ ਜੀ, ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਮੰਡੀ 'ਚ। 1500 ਸੌਦਿਆਂ 'ਤੇ ਜੀ ਅਸੀਂ ਇਨਾਮ ਰੱਖਿਆ ਹੋਇਆ ਜੀ। ਅੱਛਾ ਜੀ, ਜਿਹੜਾ ਕੋਈ 1500 ਸੌਦੇ 7 ਵੇਚਦਾ 8 ਲੈਂਦਾ ਜੀ, 1500 ਸੌਦੇ ਚਾਹੇ ਵੇਚੇ ਚਾਹੇ ਖਰੀਦੇ ਜੀ। ਹਾਂਜੀ, 1500 ਸੌਦਿਆਂ 'ਤੇ ਮੰਨ ਲਓ ਪ੍ਰੈਸ ਆ ਜੀ। ਠੀਕ ਹੈ, ਕੰਪਨੀ ਦੀ ਪ੍ਰੈਸ ਆ। ਠੀਕ ਹੈ, ਪੂਰੀ ਵਧੀਆ ਪ੍ਰੈਸ ਰੱਖੀ ਹੋਈ ਆ ਜੀ, ਹੋਰ ਵੀ ਇਨਾਮ ਦਵਾਂਗੇ ਜੀ। ਲਓ ਜੀ ਦੋਸਤੋ, ਪਹੁੰਚੋ ਮੰਡੀ ਦੇ ਵਿੱਚ। ਧੰਨਵਾਦ, ਧੰਨਵਾਦ ਜੀ।